ਸਵੇਰੇ ਸਵੇਰੇ ਵੱਡੀ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜ੍ਹੇ ਹੋ ਜਾਣਗੇ। ਦਰਅਸਲ ਤਸਵੀਰਾਂ ਸੁਨਾਮ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਲਗਾਤਾਰ ਘਟਨਾਵਾਂ ਵੱਧ ਰਹੀਆਂ ਨੇ, ਪਰ ਇਹਨਾਂ ਘਟਨਾਵਾਂ 'ਤੇ ਠੱਲ ਪੈਂਦੀ ਹੋਈ ਨਜ਼ਰ ਨਹੀਂ ਆ ਰਹੀ। ਇੱਕ ਅਜਿਹੀਆਂ ਹੀ ਤਸਵੀਰਾਂ ਤੁਹਾਨੂੰ ਸਕਰੀਨ 'ਤੇ ਦਿਖਾਈਆਂ ਜਾ ਰਹੀਆਂ ਨੇ ਜੋ ਵਿਅਕਤੀ ਬੈੱਡ ਦੇ ਉੱਤੇ ਲੇਟਿਆ ਹੋਇਆ, ਇਸ ਦੇ ਨਾਲ ਅਜਿਹੀ ਘਟਨਾ ਵਾਪਰੀ ਕਿ ਹਰ ਇੱਕ ਦੇ ਹੋਸ਼ ਉੱਡ ਗਏ। ਦਰਅਸਲ ਸੁਨਾਮ ਦੀ ਬੱਸ ਸਟੈਂਡ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਤੋਂ ਬੱਸ ਸਟੈਂਡ 'ਤੇ ਬਾਹਰ ਹੀ ਦੋ ਨੌਜਵਾਨਾਂ ਨੇ ਉਹਦੇ ਪੈਰਾਂ 'ਤੇ ਚਾਕੂ ਮਾਰ ਕੇ ਉਸ ਤੋਂ ਮੋਬਾਈਲ ਅਤੇ ਆਧਾਰ ਕਾਰਡ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਰਾਜਕੁਮਾਰ, ਜਿਸ ਦੇ ਅੱਗੇ ਪਿੱਛੇ ਕੋਈ ਵੀ ਨਹੀਂ ਸੀ, ਉਹ ਬੱਸ ਸਟੈਂਡ ਦੇ ਵਿੱਚ ਹੀ ਰਹਿੰਦਾ ਹੈ ਅਤੇ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੋ ਰੋਂਗਟੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ। ਅਗਰ ਤੁਸੀਂ ਵੀ ਸਫ਼ਰ ਕਰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਤੁਹਾਡੇ ਨਾਲ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ। ਸੋ ਤਸਵੀਰਾਂ ਤੁਹਾਨੂੰ ਸਕਰੀਨ 'ਤੇ ਸੁਨਾਮ ਤੋਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਇੱਕ ਵਿਅਕਤੀ ਨੂੰ ਇਸ ਕਦਰ ਲਥਪਥ ਕਰ ਦਿੱਤਾ ਕਿ ਉਸਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਮੋਬਾਈਲ ਖੋਹਣ ਦੀ ਨੀਅਤ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਂਦੇ ਆ ਕਿ ਮੌਕੇ ਤੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ। ਰਾਜਕੁਮਾਰ, ਕੀ ਗੱਲਬਾਤ ਹੋਈ, ਸਾਰੀ ਪੂਰੀ ਡਿਟੇਲ ਨਾਲ ਦੱਸੀ। ਮੈਂ ਤਾਂ ਬੱਸ ਤੋਂ ਉਤਰ ਕੇ ਜੀ, ਬੱਸ 'ਚ ਪਹਿਲਾਂ ਹੁੰਦਾ ਜੀ, ਉੱਥੋਂ ਉਤਰ ਕੇ ਮੈਂ ਸੁੱਕੇ ਦੇ ਚਾਹ ਪਾਣੀ ਪੀ ਕੇ ਮੈਂ ਬਾਹਰ ਬੀੜੀ ਬੱਤੀ ਪੀਣ ਵਗਾ, ਮੈਂ ਬੀੜੀ ਬੱਤੀ ਪੀ ਕੇ ਹਟਿਆ ਜੀ ਮਾਸਾ। ਇੰਨੇ 'ਚ ਬੰਦੇ ਆ ਗਏ। ਮੈਨੂੰ ਕਿੰਨੇ ਬੰਦੇ ਸੀ? ਦੋ ਬੰਦੇ ਜੀ, ਦੋ ਮੁੰਡੇ ਨੇ, ਉਹਨਾਂ ਦੀ ਸਿਆਣ ਆਉਂਦੀ ਜੀ। ਕੀ ਕਹਿਣ ਲੱਗੇ ਤੈਨੂੰ? ਤਾਂ ਕਹਿੰਦੇ ਬੋਲੀ ਲਾ ਤੂੰ ਬੱਸ, ਮੇਰੀ ਜੇਬ ਰੋਲ ਕੇ ਜੇਬ ਪਾੜ ਕੇ ਜਿੰਗੀ ਤਾਂ ਮੈਂ ਤੂੰ ਫੋਨ ਦੀ ਆਧਾਰ ਕਾਰਡ ਦੀ 20 ਰੁਪਈਏ ਤੇ ਮੇਰੇ ਕੋਲ ਬੱਸ ਲੈ ਕੇ ਭੱਜ ਗਏ। ਮੇਰੇ ਚਾਕੂ ਮਾਰ ਕੇ ਭੱਜ ਗਏ। ਫਿਰ ਮੈਂ ਚੰਗਾ ਮਾਰਦਾ ਰਹਾ, ਉੱਥੇ ਡਿੱਗ ਗਿਆ ਜੀ ਮੈਂ। ਬੰਦੇ ਮੈਨੂੰ ਚੱਕ ਕੇ ਚਾਹ ਵਾਲੇ ਮੈਨੂੰ ਅੰਦਰ ਦੇ ਪਾਸੇ ਲਿਆ। ਕਿੰਨੇ ਚਾਕੂ ਮਾਰੇ? ਇੱਕੇ ਚਾਕੂ ਮਾਰਿਆ ਜੀ ਪੱਟ 'ਚ। ਨਾਮ ਕੀ ਹੈ ਤੁਹਾਡਾ? ਰਾਜ ਕੁਮਾਰ ਆ ਜੀ। ਇਹ ਕੀ ਹੋਇਆ, ਕਿਵੇਂ? ਇਹ ਜਿਹੜੀ ਪੀੜੀ ਪਈ ਹੈ ਜੀ, ਉਹਦੇ ਬਾਹਰਲੇ ਪਾਸੇ ਬੈਠਾ ਜੀ ਮੈਂ, ਬੀੜੀ ਬੱਤੀ ਪੀਣ ਗਿਆ ਸੀ ਮੈਂ। ਠੀਕ ਹੈ। ਸੁੱਕੇ ਦੇ ਪਹਿਲਾਂ ਚਾਹ ਪੀ ਕੇ ਫਿਰ ਉੱਧਰ ਪੈ ਗਿਆ, ਮੈਂ ਤਾਂ ਬੀੜੀ ਬੱਤੀ ਪੀ ਲਿਆ। ਹਾਂ, ਦੋ ਮੁੰਡੇ ਆਏ, ਉਹਦੇ ਮੇਰਾ ਮੂੰਹ ਬੰਦ ਕਰਨ ਲੱਗੇ, ਮੈਂ ਚਾਂਗ ਮਾਰੀ ਹੋਈ, ਰੌਲਾ ਪਾਇਆ, ਕਹਿੰਦੇ ਬੋਲੇਗਾ ਚੱਕ ਮਾਰ ਲਾਂਗੇ, ਮਾਰ ਲਾਂਗੇ ਤੈਨੂੰ। ਬੰਦਿਆਂ ਨੂੰ ਮੈਨੂੰ ਸਿਆਣ ਆਈ ਜੀ। ਬੰਦੇ ਪਛਾਣਦੇ? ਹਾਂ ਜੀ। ਕੀ ਖੋ ਕੇ ਕੀ ਲੈ ਗਏ? ਫੋਨ ਖੋ ਕੇ ਲੈ ਕੇ ਆਧਾਰ ਕਾਰਡ ਜੀ। ਹੈਂ? ਆਧਾਰ ਕਾਰਡ, ਫੋਨ ਹੈ।